ਕੀਤਾ ਵਾ ਸਾਰਾ ਖਲਾਰਾ ਪਿਆ ਵਾ ਦੇਖਾਂ ਬਾਹਰ ਜਾ ਕੇ ਬੈਠੀ ਹੋਣੀ ਹੈ ਭੈਣ ਜੀ ਕੰਮ ਹੋ ਗਿਆ ਵਾ ਚੱਲ ਕੋਈ ਨਹੀਂ ਮੈਂ ਕਰ ਲੈਂਦੀ ਝਾੜੂ ਸਾਰਾ ਲਾਉਣ ਵਾਲਾ ਪਿਆ ਹਜੇ ਚੱਲ ਕੋਈ ਨਹੀਂ ਮੈਂ ਕਰ ਲੈਂਦੀ झाड़ू ला के मुड़ के पोचे भी लाने सारा काम तू ओदे को कराने है आप तो मंजी ते बह गई है चढ़ के कोई तू ही कर लिया कर बीजी तानू नहीं पता लगता सारा काम मैं करती हाँ वो तो हूँ इदा शदैन जी हैगी है नूँ उदो बंदा बस पढ़ी लिखी लिया आता वा सारा काम कह के करवाना पैंदा वा तो जे शदैन ही है तो डाई रखनी है ना तू सारा दिन आप ना करे वो जी हो तेरे को भी कराए पूरा काम जे कि मैं रोटियां पकाउन डा दिनी तो गुड़ गुड़े आटा खिलार दिंदी है हूँ को झाड़ू ही लगा हो रहा को मैं की कराव चंगा और कोई किराया कर सारा तो आप बीबी बन के मंजी से बह गई तो नजायज फायदा लैन नहीं मैनू तो दुख होंगे बेचारी भोली है सारा दिन उन्हें डाई रख दिया सारा दिन डाई रख दे की मैं करा लिया वा इन्ना कते काम सारिया नौ कर दया ही आप तो सज फब के बैठी होनी है ਇੱਦਾਂ ਕਰਨੀ ਹੈ ਘੜੀ ਕੁ ਬਹਿ ਜਾਂਦੀ ਹਾਂ ਸਰੀਰ ਥੱਕ ਗਿਆ ਵਾ ਅੱਜ ਲੱਗ ਗਿਆ ਪੋਚੇ ਲੱਗ ਗਈ ਪੋਚਾ ਵੀ ਉੱਥੇ ਰਾਹ ਦਿੱਤਾ ਇਹ ਵੀ ਨਹੀਂ ਪਤਾ ਵੀ ਪੋਚਾ ਕਿੱਥੇ ਰੱਖੀਦਾ ਵਾ ਉਹ ਹਜੇ ਡੰਗਰਾਂ ਥੱਲੇ ਹੁੰਝਣ ਵਾਲਾ ਥਾਂ ਚਲੋ ਪਹਿਲਾਂ ਡੰਗਰਾਂ ਥੱਲੇ ਥਾਂ ਹੁੰਝੋ ਆਹ ਉੱਥੇ ਰੱਖਣਾ ਵਾ ਸਾਈਡ 'ਤੇ ਆਹ ਤਾਂ ਰੱਬ ਨੇ ਵਧੀਆ ਕੀਤਾ है तो भोली जी है ना जिदा मर्जी हूँ इन मैं वाही जावा मेरे ना तो वह गल हो रब ने दिखा गाजर के बच्चे रंबा रख चलो कम कराने होर नहीं कुछ तो चदराणी बन के कोल खलोती है सारा काम वो को लेंदी है हर वेले वो तो कोई काम लैना आप मासा नहीं करती मैं तो नहीं हाँ की गल करनी लड़ाई पैंदी है पर इन्हें मैं हूँ करनी करनी है गल मैं करनी पैनी है ये नहीं उन्होंने छड़ती आप तो कम हाथ नहीं लाती चलाक ज होई वो तो होई भोली तो भोली डही रही हर वेले चलो मर्जी है यदि पर कोई नहीं मैं भी हूँ गल करांगे चंगी तरह आओ नुकरे कूड़ा कट्ठा करना वा कर दिनी सारे काम दस दस कराने पेंदे आ हाँ करके तो मुके डंगर थले भी झाड़ू फेरना वा
ਮੈਨੂੰ ਭੁੱਖ ਬੜੀ ਲੱਗੀ ਜਾ ਦੋ ਫੁਲਕੇ ਲਾ ਦੇ ਮੈਨੂੰ ਤੁਹਾਨੂੰ ਰੋਟੀ ਦੀ ਪੈ ਵੀ ਗਈ ਆ ਹਾਏ ਸਵੇਰ ਦੇ ਮੈਂ ਆਪਣੇ ਕੱਪੜੇ ਨਹੀਂ ਬਦਲੇ ਮੈਂ ਵੀ ਸਾਰਾ ਕੰਮ ਹੋ ਜਾਊਗਾ ਤੇ ਫੇਰ ਬਦਲੂੰਗੀ ਹਾਂ ਪਹਿਲਾਂ ਸਾਰਾ ਕੰਮ ਕਰ ਲਓ ਫਿਰ ਰੋਟੀਆਂ ਵੀ ਪਕਾ ਲੈਂਦੇ ਹਾਂ ਚੱਲ ਮੈਂ ਇੰਨਾ ਕਰ ਲੈਂਦੀ ਤੂੰ ਮੈਨੂੰ ਦੇ ਦੇ ਹਾਂ ਰੋਟੀ ਲਾ ਕੇ ਕੋਈ ਨਹੀਂ ਪਕਾ ਦਿੰਦੀ ਹਾਂ ਕਰ ਲਓ ਇੰਨਾ ਕੰਮ ਹੈ ਇਹ ਕੀ ਕਰ ਲੱਗੀ ਉਹ ਕਈ ਲਾਗੇ ਰੱਖੀ ਆ ਕਈ ਨਾ ਗੋਹਾ ਪਾ ਮੁੜ ਕੇ ਹੱਥਾਂ 'ਚ ਮੁਸ਼ਕ ਆਉਣੀ ਆ ਮੁੜ ਕੇ ਰੋਟੀਆਂ ਨਹੀਂ ਪਕਾਉਣੀਆਂ ਸਾਰੇ ਕੰਮ ਸੱਚੀ ਕਹਿ ਕਰਾਉਣੇ ਪੈਂਦੇ ਕਿੰਨਾ ਕੁ ਬੰਦਾ ਕਹੀ ਜਾਊਗਾ ਚੱਲ ਇੱਥੇ ਰੱਖ ਦੇ ਬਾਲਟਾ ਉਹਦਿਆ ਆ ਪਿਆ ਸਾਬਣ ਚੰਗੀ ਤਰ੍ਹਾਂ ਹੱਥ ਪੈਰ ਧੋ ਤੇ ਆਣ ਕੇ ਫਿਰ ਰੋਟੀਆਂ ਪਕਾ ਹੱਥਾਂ 'ਚ ਮੁਸ਼ਕ ਨਹੀਂ ਆਉਣੀ ਚਾਹੀਦੀ ਤੇ ਮੈਂ ਨਹਾਉਣਾ ਬਲਜੀਤ ਹਾਂਜੀ ਰੋਟੀ ਲਿਆਓ ਮੈਂ ਜਾਣਾ ਕਿਤੇ ਰੋਟੀ ਵੀ ਲੈ ਆਉਂਦੇ ਆ ਸਵੇਰ ਦੀ ਮੈਂ ਹੁਣ ਵਿਹਲੀ ਹੋਈ ਆ ਕਿਤੇ ਥੋੜਾ ਕੰਮ ਹੁੰਦਾ ਘਰ ਦਾ ਥੱਕ ਗਈ ਆ ਕਿਤੇ ਮੈਂ ਹੁਣ ਹੁਣ ਇਹ ਕੱਪੜੇ ਬਦਲੇ ਨਹਾ ਕੇ ਚੱਲ ਕੋਈ ਨੀ ਕਰਾ ਦੇ ਭਾਬੀ ਨੇ ਮਾੜਾ ਮੋਟਾ ਕੰਮ ਤੇ ਪਕਾ ਦੇ ਰੋਟੀ ਲਿਆਉਂਦੇ ਸਾਰਾ ਕੰਮ ਤੇ ਮੈਂ ਹੀ ਕਰਦੀ ਆ ਭਾਬੀ ਕਦੋਂ ਕਰਦੀ ਆ ਰੋਟੀਆਂ ਵੀ ਹੁਣ ਮੈਂ ਹੀ ਪਕਾਉਣੀਆਂ ਚੱਲ ਪਕਾ ਲਿਆ ਫਿਰ ਮੈਂ ਵੀ ਜਾਣਾ ਮੰਡੀ ਜੇ ਪਕਾਉਣ ਡਾ ਦੋ ਤੇ ਕਿਹੜੀ ਪਕਾਉਣੀ ਆਉਣੀ ਆ ਚੱਜ ਨਾਲ ਥੱਕ ਜਾਈਦਾ ਕਿਤੇ ਸਾਰੀ ਦਿਹਾੜੀ ਕੰਮ ਕਰ ਕਰਕੇ ਪਕਾਉਣੀ ਆ ਰੋਟੀ ਵੇ ਮੁੰਡਿਆ ਉਹਦਾ ਮੇਰੀ ਗੱਲ ਸੁਣ ਹਾਂਜੀ ਦੱਸੋ ਕੀ ਗੱਲ ਤੂੰ ਕਿਹੜੇ ਕੰਮਾਂ 'ਚ ਰੁੱਝਾ ਰਹਿੰਦਾ ਵਾ ਉਹ ਮੈਂ ਮੰਡੀ ਫਸਿਆ ਰਾਤ ਦਾ ਅੱਛਾ ਅਜੇ ਝੋਨਾ ਵੀ ਗਿਆ ਨਹੀਂ ਅਜੇ ਨਹੀਂ ਅਜੇ ਅਤੇ ਹੁਣ ਮੈਂ ਆਇਆ ਵਾਂ ਅਤੇ ਹੋਰ ਗਭੀਰ ਰਹਿੰਦਾ ਸੀ ਚੱਲ ਤੁਸੀਂ ਆ ਜਾਓ ਅਤੇ ਹੁਣ ਮੈਂ ਚੱਲ ਜਾਂਦਾ ਵਾਂ ਆਪੇ ਮੈਂ ਤਲਾਊਗਾ ਜਾ ਕੇ ਹੁਣ ਤਾਂ ਗੱਲ ਇੱਦਾਂ ਵੀ ਸਾਰਾ ਦਿਨ ਉਹ ਕੰਮ ਡਈ ਰਹਿੰਦੀ ਆ ਕੌਣ ਤੇਰੀ ਘਰ ਦੀ ਅੱਛਾ ਅਤੇ ਦੂਜੀ ਦੇ ਹੱਥ ਹੀ ਨਹੀਂ ਲਾਉਂਦੀ ਕੰਮ ਨੂੰ ਉਹ ਚੱਲ ਕੋਈ ਗੱਲ ਨਹੀਂ ਨਿਆਣ ਸਿਆਣ ਵਾ ਕੰਮ ਦੀ ਕਿਹੜੀ ਗੱਲ ਆ ਕਿਸੇ ਨੇ ਵੱਧ ਕਰ ਲਿਆ ਕਿਸੇ ਨੇ ਘੱਟ ਕਰ ਲਿਆ ਨਹੀਂ ਨਾ ਫਿਰ ਵੀ ਤਾਂ ਹੁੰਦਾ ਹੀ ਆ ਨਾ ਸੱਜ ਫੱਬ ਕੇ ਉਹ ਬਸ ਉਹਨੂੰ ਐਂ ਉਹਦੇ 'ਤੇ ਚੌਧਰ ਕਰਦੀ ਆ ਆਹ ਵੀ ਕਰਨੀ ਇੱਥੋਂ ਕਰਨੀ ਇੱਥੋਂ ਆਹ ਕਰਨੀ ਅੱਛਾ ਆਹੋ ਚੱਲ ਥੋੜ੍ਹਾ ਬਹੁਤਾ ਆਪ ਵੀ ਤਾਂ ਕਰਦੀ ਆ ਉਹ ਨਾਲ ਕੁਛ ਨਹੀਂ ਕਰਦੀ ਉਹ ਕੁਛ ਵੀ ਨਹੀਂ ਕਰਦੀ ਨਾ ਉਹ ਨਹੀਂ ਕਰਦੀ ਕੁਛ ਵੀ ਅਤੇ ਫਿਰ ਕੰਮ ਕੌਣ ਕਰਦਾ ਇਹਨੂੰ ਡਾਈ ਰੱਖਦੀ ਆ ਸਾਰਾ ਦਿਨ ਇਹਨੂੰ ਹੀ ਡਾਈ ਰੱਖਦੀ ਆ ਉਹਦੇ ਕਿਤੇ ਪੈਰ ਤਾਂ ਵੇਖ ਕਿੱਦਾਂ ਦੇ ਹੋਏ ਨੇ ਸਾਰਾ ਕੰਮ ਇਹੋ ਕਰਦੀ ਆ ਹਾਂ ਇਹੋ ਹੀ ਕਰਦੀ ਆ ਚੱਲ ਕੋਈ ਨਹੀਂ ਮੈਂ ਰਘਬੀਰ ਨਾਲ ਕਰਾਂਗਾ ਗੱਲ ਆਹੋ ਕਰੀ ਕਿ ਚਲੋ ਕੁਛ ਕੋਈ ਉਹਨੇ ਕਰ ਲਿਆ ਕੋਈ ਉਹਨੇ ਕਰ ਲਿਆ ਉਹ ਨਿਆਣੀ ਕੁੜੀ ਆ ਚੱਲ ਕੀ ਉਹਨੂੰ ਕਹਿਣਾ ਵਾ ਉਹ ਮੁੰਡੇ ਨੂੰ ਕਹਾਂਗਾ ਚੱਲ ਆਪੇ ਕਹਿ ਦੂਗਾ ਉਹਨੂੰ ਰਘਬੀਰ ਜੀ ਆਹੋ ਆ ਗਿਆ ਮੈਂ ਤੇ ਹੁਣ ਫਿਰ ਤੂੰ ਤਲਾ ਹੀ ਝੋਨਾ ਜਾ ਕੇ ਹੈ ਕੋਈ ਨਹੀਂ ਮੈਂ ਚੱਲਿਆ ਰੋਟੀ ਮੈਂ ਖਾ ਲਈ ਇਹਦੇ ਮੈਂ ਚੱਲਿਆ ਆਹੋ ਤਲਾ ਆ ਯਾਰ ਕੰਮ ਨਿਬੜੇ ਗਾਂ ਵਿੱਚੋਂ ਉਹ ਨਾਲੇ ਯਾਰ ਬੀਬੀ ਮੇਰੇ ਨਾਲ ਗੱਲ ਡੇਹੀ ਕਰਨਾ ਕਿਹੜੀ ਉਹ ਕਹਿੰਦੀ ਵੀ ਉਹ ਘਰ ਦੀ ਤੇਰੀ ਇਹ ਕੰਮ ਕਰਦੀ ਰਹਿੰਦੀ ਸਾਰੀ ਦਿਹਾੜੀ ਅਤੇ ਉਹ ਬਲਜੀਤ ਕੋਈ ਕੰਮ ਹੀ ਨਹੀਂ ਕਰਦੀ ਕੋਲ ਖਲੋ ਕੇ ਕੰਮ ਕਰਾਉਂਦੀ ਆ ਉਹਦੇ ਕੋਲ ਤਾਂ ਉੱਥੇ ਆਰਡਰ ਮਾਰਦੀ ਰਹਿੰਦੀ ਆ ਉਹਨੂੰ ਸਮਝਾਈ ਚੱਲ ਥੋੜ੍ਹਾ ਬਹੁਤਾ ਤੂੰ ਵੀ ਕਰ ਲਿਆ ਕਰ ਕੰਮ ਨਾਲ ਜੇ ਇੱਦਾਂ ਦੀ ਗੱਲ ਆ ਤਾਂ ਮੈਨੂੰ ਤਾਂ ਹੁਣ ਪਤਾ ਨਹੀਂ ਉਹ ਐਵੇਂ ਬੀਜੀ ਨੂੰ ਭੁਲੇਖਾ ਲੱਗਾ ਹੋਣਾ ਕਿਤੇ ਹਾਂ ਮੈਂ ਅੱਜ ਸਵੇਰ ਦਾ ਘਰ ਹੀ ਹਾਂ ਔਰ ਸਗੋਂ ਮੇਰੇ ਆਇਆ ਹੀ ਨਹਾ ਧੋ ਕੇ ਅਤੇ ਹੁਣ ਵਿਹਲੀ ਹੋਈ ਜੇ ਹੁਣ ਰੋਟੀ ਲਿਆ ਕੇ ਦਿੱਤੀ ਮੈਨੂੰ ਉਹ ਅਸੀਂ ਨਹੀਂ ਧਿਆਨ ਰੱਖਦੇ ਇਹਨਾਂ ਕੰਮਾਂ ਦਾ ਉਹ ਬੀਜੀ ਨੂੰ ਪਤਾ ਹੀ ਉਹ ਫਿਰ ਉਹ ਬੀਜੀ ਨੇ ਮੈਨੂੰ ਆਹ ਗੱਲ ਕਹੀ ਆ ਉਹ ਬੀਜੀ ਨੇ ਆਪਣੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਕਲੇਸ਼ ਪਾਉਣਾ ਘਰ 'ਚ ਉਹ ਤਾਂ ਤੇਰੀ ਗੱਲ ਠੀਕ ਆ ਚਲੋ ਕੁੜੀ ਤਾਂ ਪੜ੍ਹੀ ਲਿਖੀ ਆ ਵਧੀਆ ਵਾ ਹੁਣ ਉਹਨੇ ਤਾਂ ਵੀਰ ਜੀ ਪਹਿਲਾਂ ਹੀ ਗੱਲ ਕਰਤੀ ਕਿ ਮੈਂ ਗੋਹਾ ਕੂੜਾ ਨਹੀਂ ਜੇ ਕਰਨਾ ਹੁਣ ਆਹ ਵੇਖੋ ਪਹਿਲਾਂ ਘਰ ਸਾਡਾ ਕਬੂਤਰਖਾਨਾ ਜਾਪਦਾ ਹੈ ਅੱਜ ਜਦੋਂ ਦੀ ਵਿਆਹੀ ਕਿੱਡਾ ਸਾਫ਼ ਸੁਥਰਾ ਘਰ ਵਾ ਬਹਿਣ ਖਲੋਣ ਦਾ ਪਤਾ ਲੱਗਦਾ ਸਾਰਿਆਂ ਨੂੰ ਅਤੇ ਜੇ ਹੁਣ ਆਪਣੀਆਂ ਨਿੱਕੀਆਂ ਨਿੱਕੀਆਂ ਮੋਟੀਆਂ ਗੱਲਾਂ ਤੋਂ ਘਰ ਨਹੀਂ ਚਲਾਉਣਾ ਉਹ ਨਹੀਂ ਯਾਰ ਤੂੰ ਤਾਂ ਐਵੇਂ ਗਲਤ ਬੰਨੇ ਨੂੰ ਤੁਰਿਆ ਜਾਣ ਡਿਆ ਮੈਂ ਗਲਤ ਨੂੰ ਨਹੀਂ ਚੱਲਿਆ ਮੈਂ ਕਹਿਣ ਡਿਆ ਵਾਂ ਕਿ ਪੜ੍ਹੀ ਲਿਖੀ ਆ ਪੜ੍ਹਿਆ ਲਿਖਿਆ ਵਾਲਾ ਉਹਦਾ ਸਾਰਾ ਸਿਸਟਮ ਬਣਾਇਆ ਨਹੀਂ ਕਰਦਾ ਇਹ ਥੋੜ੍ਹਾ ਘਰ ਦਾ ਕੋਈ ਕੰਮ ਹੀ ਨਹੀਂ ਕਰਨਾ ਇਹ ਪੜ੍ਹਾਈ ਲਿਖਾਈ ਨਹੀਂ ਕਰਨਾ ਸਾਰਾ ਹੀ ਕਰਾਉਂਦੀ ਹੈ ਨਾਲ
ਤੂੰ ਇਦਾਂ ਕਰ ਵੀ ਐਵੇਂ ਮੇਰੇ ਨਾਲ ਬਹਿਸ ਬਾਜੀ 'ਚ ਨਾ ਪਿਆ। ਉਹ ਬੀਬੀ ਗਈ ਉਹ ਕਹਿਣ ਆ ਜਾ ਉਹਦੇ ਨਾਲ ਕਰ ਲਾ। ਚਲੋ ਕਰ ਲੂ, ਆ ਜਾ। ਚਲੋ ਇਹ ਗੱਲ ਆ ਦੇ। ਵੀਰੀ ਜਿਹੜੀ ਤੁਸੀਂ ਗੱਲ ਮੇਰੇ ਨਾਲ ਕੀਤੀ ਸੀ ਨਾ ਵੀ ਆਹ ਜੋ ਘਰ 'ਚ ਹੋਣ ਡਿਆ ਵਾ ਅਤੇ ਮੈਂ ਰਘਬੀਰ ਨਾਲ ਕੀਤੀ ਆ ਅਤੇ ਮੇਰੇ ਨਾਲ ਬਹਿਸਬਾਜੀ ਕਰਦਾ ਵਾ ਅਤੇ ਮੰਨਦਾ ਨੀਗਾ, ਆਹ ਦੱਸੋ ਨਾਲੇ ਇਹਨੂੰ ਵੀ। ਮੁੰਡਿਆ ਗੱਲ ਸੁਣ ਮੇਰੀ, ਅੰਬ ਕਿੰਨਾ ਕੂੜਾ ਇੱਥੇ ਰੋਜ਼ ਝਾੜੂ ਲਾਈਦਾ ਵਾ ਪਰ ਫਿਰ ਵੀ ਕੂੜਾ ਇੱਥੇ ਪਿੱਛੇ ਹੀ ਹੁੰਦਾ ਜਦੋਂ ਵੇਖੀ, ਕਿਤੇ ਚੰਗੀ ਤਰ੍ਹਾਂ ਸਫਾਈ ਕਰ ਲਿਆ ਕਰੋ। ਝਾੜੂ ਲਾ ਕੇ ਮੁੜ ਕੇ ਪੋਚੇ ਵੀ ਲਾਉਣੇ ਆ। ਸਾਰਾ ਕੰਮ ਤੂੰ ਉਹਦੇ ਕੋਲ ਕਰਾਉਣੀ ਆ, ਆਪ ਤੂੰ ਮੰਜੀ 'ਤੇ ਬਹਿ ਗਈ ਆ ਚੜ੍ਹ ਕੇ, ਵੀ ਤੂੰ ਵੀ ਕਰ ਲਿਆ ਕਰ। ਵੀ ਜੀ ਤੁਹਾਨੂੰ ਨਹੀਂ ਪਤਾ ਲੱਗਦਾ ਸਾਰਾ ਕੰਮ ਮੈਂ ਕਰਦੀ ਹਾਂ। ਉਹ ਤਾਂ ਹੁਣ ਇੱਦਾਂ ਸ਼ਦੈਨ ਜੀ ਹੈਗੀ ਆ ਨੂੰਹ, ਉਦੋਂ ਬੰਦਾ ਬਸ ਪੜ੍ਹੀ ਲਿਖੀ ਲਿਆਉਂਦਾ ਵਾ, ਸਾਰਾ ਕੰਮ ਕਹਿ ਕੇ ਕਰਾਉਣਾ ਪੈਂਦਾ ਵਾ। ਅਤੇ ਜੇ ਸ਼ਦੈਨ ਹੀ ਆ ਤਾਂ ਡਾਈ ਰੱਖਣੀ ਆ ਨਾ ਤੂੰ ਸਾਰਾ ਦਿਨ, ਆਪ ਨਾ ਕਰੇ ਉਹ ਜੀ ਹੋਏ ਤਾਂ ਤੇਰੇ ਕੋਲ ਵੀ ਕਰਾਏ ਪੂਰਾ ਕੰਮ। ਜੇ ਕਿਤੇ ਮੈਂ ਰੋਟੀਆਂ ਪਕਾਉਣ ਡਾ ਦਿੰਦੀ ਤਾਂ ਗੁੜ ਗੁੜੇ ਆਟਾ ਖਿਲਾਰ ਦਿੰਦੀ ਆ, ਅਤੇ ਹੁਣ ਇਹਦੇ ਕੋਲ ਝਾੜੂ ਹੀ ਲਵਾਉਣਾ ਹੋਰ ਇਹਦੇ ਕੋਲ ਮੈਂ ਕੀ ਕਰਾਂ। ਚੱਲ ਇੱਥੇ ਰੱਖ ਦੇ ਬਾਲ ਲਿਆ। ਆਹ ਗੱਲ ਦਾ ਪੁੱਤ ਮੈਂ ਤਾਂ ਵੇਂਹਦੀ ਰਹਿੰਦੀ ਹਾਂ ਸਭ ਕੁਝ, ਤੂੰ ਤਾਂ ਬਾਹਰ ਅੰਦਰ ਫਿਰਦਾ ਰਹਿੰਦਾ, ਤੈਨੂੰ ਕੀ ਪਤਾ ਵਾ। ਅੱਛਾ ਹਾਂ, ਉਹ ਤਾਂ ਹੱਥ ਹੀ ਨਹੀਂ ਲਾਉਂਦੀ ਕੰਮ ਨੂੰ। ਚਲੋ ਮੈਂ ਹੁਣੇ ਕਰਦਾ ਗੱਲ ਉਹਦੇ ਨਾਲ। ਸੌਲਾ